हाँ जी, वाहिगुरु जी का खालसा, वाहिगुरु जी की फतेह। आपां अज गलबात करनी है जिहड़ा विधानसभा की कार्रवाई चल रही आ। सारिआं ने तुसीं उहदी कार्रवाई जिहड़ी उहदा सिद्धा प्रसारण भी हुंदा है उह तुसीं देख भी रहे हो। पर मैं चाहना कि ये गलबात जी हर तक जाए, सारे तक जाए साड़ी गलबात, कि असल दे विच विधानसभा दे विच मैंने लगता कुक्कड़ खेह ज़्यादा डाई जा रही है। तो असल मुद्दों के उत्ते जी विचार चर्चा होनी चाहिए है, बहस होनी चाहिए है, वो तो उमें सही तरीके ने गल नहीं हो रही। आपां देखिया कि सब तो पहला आपां गल करांगे कि सुखपाल सिंह खहरे ने जिहड़ा मता लिआंदा कि पंजाब दी धरती उत्ते बाहरला कोई भी प्रवासी बंदा आ के इत्थे जमीन ना खरीद सके ते पंजाब दीआं नौकरियां जिहड़ियां उह पंजाबियां लई राखवीआं कीतीआं जाण, तां इस दे उत्ते जिहड़ी सरकार है मौजूदा सत्ता दी धिर है ਉਹ ਇਹ 'ਤੇ ਬਹਿਸ ਕਰਨ ਨੂੰ ਵੀ ਤਿਆਰ ਨਹੀਂ ਹੈਗੀ ਇਸ ਮੁੱਦੇ ਦੇ ਉੱਤੇ। ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਕਿ ਸਾਡੀਆਂ ਜ਼ਮੀਨਾਂ, ਸਾਡੀ ਧਰਤੀ, ਸਾਡੀਆਂ ਨੌਕਰੀਆਂ ਲਗਾਤਾਰ ਬਾਹਰ ਲਿਆ ਕੇ ਇੱਥੇ ਕਾਬਜ਼ ਹੋ ਰਹੇ ਨੇ, ਦੱਬ ਰਹੇ ਨੇ, ਜਿਹਦੇ ਨਾਲ ਬਹੁਤ ਵੱਡਾ ਉਜਾੜਾ, ਸੱਭਿਅਤਾ ਦਾ ਉਜਾੜਾ ਜਿਹੜਾ ਹੋਣਾ ਹੈ, ਜਿਹਦਾ ਅੱਜ ਸਾਨੂੰ ਨਹੀਂ ਪਤਾ ਲੱਗਦਾ ਪਰ ਆਉਣ ਵਾਲੇ ਸਮੇਂ 'ਚ ਪਤਾ ਲੱਗਣਾ ਕਿ ਇਹ ਬਹੁਤ ਵੱਡਾ ਉਜਾੜਾ ਕਿਵੇਂ ਹੋਇਆ। ਕਿਉਂਕਿ ਆਪਾਂ ਦੇਖ ਰਹੇ ਹਾਂ ਜੋ ਵੀ ਤਮਿਲਨਾਡੂ ਦੇ ਵਿੱਚ ਘਟਨਾਵਾਂ ਵਾਪਰ ਰਹੀਆਂ ਨੇ, ਹਾਲਾਂਕਿ ਅਸੀਂ ਉਸ ਗੱਲ ਦੇ ਪੱਖ 'ਚ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ ਜਿਹੜੀ ਮਾਰ ਧਾੜ ਆ, ਪਰ ਇੱਕ ਗੱਲ ਜ਼ਰੂਰ ਹੈ ਕਿ ਤਾਮਿਲਾਂ ਤੋਂ ਇੱਕ ਗੱਲ ਸਿੱਖਣ ਨੂੰ ਮਿਲਦੀ ਹੈ ਕਿ ਤਾਮਿਲ ਹੋਣ, ਕੰਨੜ ਹੋਣ, ਮਲਿਆਲਮ ਹੋਣ, ਮਰਾਠੀ ਹੋਣ, ਗੁਜਰਾਤੀ ਹੋਣ, ਉਹ ਆਪਣੀ ਬੋਲੀ ਪ੍ਰਤੀ, ਆਪਣੇ ਸਾਹਿਤ, ਆਪਣੇ ਸੱਭਿਆਚਾਰ ਪ੍ਰਤੀ ਬਹੁਤ ਜ਼ਿਆਦਾ ਸੁਚੇਤ ਰਹਿੰਦੇ ਨੇ, ਬੜੇ ਚੁਕੰਨੇ ਨੇ। ਜਦੋਂ ਵੀ ਉਹਨਾਂ ਨੂੰ ਲੱਗਦਾ ਕਿ ਕਿਸੇ ਪਾਸਿਓਂ ਸਾਡੀ ਸੱਭਿਅਤਾ ਨੂੰ ਖੋਰਾ ਲੱਗ ਰਿਹਾ ਤਾਂ ਉਹ ਨਾਲ ਦੀ ਨਾਲ ਕੋਈ ਨਾ ਕੋਈ ਕਾਰਵਾਈ ਕਰਦੇ ਆ। ਪਰ ਮੈਂ ਫਿਰ ਕਹਿ ਦੇਣਾ ਕਿ ਅਸੀਂ ਉਸ ਤਰ੍ਹਾਂ ਦੀ ਕਾਰਵਾਈ ਦੇ ਉੱਤੇ ਉਹਨੂੰ ਅਸੀਂ ਸਹੀ ਨਹੀਂ ਮੰਨਦੇ। ਪਰ ਗੱਲ ਜਾਗਦੀਆਂ ਕੌਮਾਂ ਦੇ ਸੁੱਤੀਆਂ ਹੋਈਆਂ ਕੌਮਾਂ ਦੀ ਹੁੰਦੀ ਹੈ ਕਿ ਆਪਾਂ ਸੁੱਤੇ ਹੋਏ ਹਾਂ, ਲਗਾਤਾਰ ਆਪਾਂ ਦੇਖ ਰਹੇ ਹਾਂ ਕਿਵੇਂ ਕਬਜ਼ੇ ਹੋ ਰਹੇ ਨੇ। ਚਲੋ ਆਪਾਂ ਗੱਲ ਕਰ ਰਹੇ ਸੀ ਵਿਧਾਨ ਸਭਾ ਜਿਹੜੀ ਚੱਲ ਰਹੀ ਕਾਰਵਾਈ ਉਹਦੇ ਉੱਤੇ ਕਿ ਜੋ ਸੁਖਪਾਲ ਸਿੰਘ ਖਹਿਰੇ ਨੇ ਬਿੱਲ ਲਿਆਂਦਾ ਉਹ ਬਿੱਲ ਦੇ ਉੱਤੇ ਕੋਈ ਕਾਰਵਾਈ ਇਹਨਾਂ ਨੇ ਨਹੀਂ ਕੀਤੀ, ਠੱਪਤੀ। ਉਹਨੇ ਬਿੱਲ ਲਿਆਂਦਾ ਸੀ ਕਿ ਜਿਹੜੀਆਂ ਜ਼ਮੀਨਾਂ ਨੇ ਉਹ ਪੰਜਾਬ ਦੇ ਲੋਕਾਂ ਦੀ ਰਾਖਵੀਆਂ ਹੋਣ, ਬਾਹਰਲਾ ਬੰਦਾ ਬੇਸ਼ੱਕ ਆਵੇ ਇੱਥੇ ਕੋਈ ਵੀ ਕੰਮਕਾਰ ਕਰੇ, ਇੱਥੇ ਉਹ ਪੱਕੇ ਤੌਰ 'ਤੇ ਵਸਨੀਕ ਨਾ ਬਣੇ, ਇੱਥੇ ਉਹ ਸਰਕਾਰੀ ਨੌਕਰੀਆਂ ਦੇ ਉੱਤੇ ਲਗਾਤਾਰ ਕਾਬਜ਼ ਨਾ ਹੋਵੇ, ਨੌਕਰੀਆਂ ਅਤੇ ਜ਼ਮੀਨਾਂ ਉਹ ਪੰਜਾਬੀਆਂ ਦੀਆਂ ਹੋਣ, ਜਿਵੇਂ ਹਿਮਾਚਲ ਦੀ ਤਰਜ਼ ਦੇ ਉੱਤੇ ਉਹਨਾਂ ਨੇ ਕਿਹਾ ਸੀ, ਜਾਂ ਉੱਤਰਾਖੰਡ ਜਾਂ ਰਾਜਸਥਾਨ ਦੇ ਵਿੱਚ ਇਸ ਤਰ੍ਹਾਂ ਦੇ ਕਾਨੂੰਨ ਨੇ, ਜਾਂ ਨਾਗਾਲੈਂਡ ਦੇ ਵਿੱਚ 371 ਦਾ ਜਿਹੜਾ ਕਾਨੂੰਨ ਹੈ ਕਿ ਉਹਨਾਂ ਦੀਆਂ ਨੌਕਰੀਆਂ, ਉਹਨਾਂ ਦੀ ਧਰਤੀ ਉਹਨਾਂ ਦੇ ਲੋਕਾਂ ਲਈ ਹੀ ਰਾਖਵੀਂ ਹੈ। ਪਰ ਪੰਜਾਬ ਅੱਜ ਕੱਲ੍ਹ ਸ਼ਾਮਲਾਟ ਬਣਿਆ ਹੋਇਆ ਆਪਾਂ ਦੇਖ ਰਹੇ ਹਾਂ ਕਿ ਕਿਵੇਂ ਪੰਜਾਬ ਦੇ ਉੱਤੇ ਧੜਾ ਧੜਾ ਕੇ ਬਾਹਰਲੇ ਪ੍ਰਵਾਸੀ ਕਾਬਜ਼ ਹੋ ਰਹੇ ਨੇ। ਤਾਂ ਇੱਕ ਤਾਂ ਇਹ ਗੱਲ ਜਿਹੜੀ ਵਿਧਾਨ ਸਭਾ ਦੀ ਬਿਲਕੁਲ ਹੀ ਦੇਖਿਆ ਕਿ ਆਪਾਂ ਇਸ ਦੇ ਉੱਤੇ ਕੋਈ ਗੱਲਬਾਤ ਹੀ ਨਹੀਂ ਹੋਈ, ਠੱਪ ਹੀ ਕਰਤਾ ਇਹ। ਦੂਜੀ ਜਿਹੜੀ ਗੱਲ ਆਪਾਂ ਦੇਖੀ ਕਿ ਜਦੋਂ ਵਿਰੋਧੀ ਧਿਰ ਦੇ ਲੀਡਰਾਂ ਨੇ ਜਾਂ ਸੁਖਪਾਲ ਸਿੰਘ ਖਹਿਰੇ ਵਰਗਿਆਂ ਨੇ ਜਾਂ ਹੋਰ ਪ੍ਰਤਾਪ ਸਿੰਘ ਬਾਜਵੇ ਵਰਗਿਆਂ ਨੇ ਸਵਾਲ ਉਠਾਏ, ਦੇਖੋ ਸਵਾਲ ਵਿਰੋਧੀ ਧਿਰ ਦਾ ਇਹ ਹੱਕ ਵੀ ਹੁੰਦਾ, ਫਰਜ਼ ਵੀ ਹੁੰਦਾ, ਉਹਨੇ ਸਵਾਲ ਉਠਾਉਣੇ ਹੁੰਦੇ ਹੈ ਅਤੇ ਜਿਹੜੀ ਸੱਤਾ 'ਚ ਧਿਰ ਹੁੰਦੀ ਆ ਉਹਨੇ ਜਵਾਬ ਦੇਣੇ ਹੁੰਦੇ ਆ। ਕਿਉਂਕਿ ਪਰ ਮੈਂ ਇੱਕ ਗੱਲ ਦੇਖਦਾ ਕਿ ਜਦੋਂ ਜਿਹੜੀ ਮੌਜੂਦਾ ਧਿਰ ਹੈ ਸੱਤਾ 'ਤੇ ਕਾਬਜ਼ ਆ, ਉਹ ਜਦੋਂ ਵੀ ਕਿਸੇ ਸਵਾਲ 'ਤੇ ਘਿਰਦੇ ਨੇ ਤਾਂ ਨਾਲ ਦੀ ਨਾਲ ਸਾਰਾ ਤੋੜਾ ਉਹ ਇਸ ਗੱਲ 'ਤੇ ਭੰਨ ਦਿੰਦੇ ਆ ਕਿ ਦੇਖੋ ਜੀ ਇਹ ਤਾਂ ਪਹਿਲਿਆਂ ਦਾ ਕੀਤਾ ਕਰਾਇਆ, ਇਹ ਤਾਂ ਬਾਦਲਾਂ ਨੇ ਕੀਤਾ ਜੀ, ਇਹ ਕਾਂਗਰਸੀਆਂ ਨੇ ਕੀਤਾ। ਉਹ ਭਾਈ ਸਾਹਿਬ, ਸਾਲ ਤੁਹਾਨੂੰ ਹੋ ਗਿਆ, ਹੁਣ ਤਾਂ ਜਵਾਬ ਤੁਹਾਨੂੰ ਹੀ ਹੋਣੇ ਨੇ, ਤੁਹਾਡੀ ਜਵਾਬਦੇਹੀ ਬਣਦੀ ਹੈ। ਪਰ ਉਹ ਹਰ ਗੱਲ ਦੇ ਉੱਤੇ ਜਿਸ ਤਰ੍ਹਾਂ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ, ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਜਿਹੜੀ ਬੋਲਬਾਣੀ ਉਹਨਾਂ ਦੀ ਸ਼ੋਭਾ ਨਹੀਂ ਦਿੰਦੀ, ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਜਾਂ ਤੂੰ ਤੜਕ 'ਤੇ ਜਿਹੜੀ ਗੱਲ ਹੋਈ,
ਆਪਾਂ ਦੇਖਿਆ ਕਿਵੇਂ ਉਹਨਾਂ ਦੇ ਜਿਹੜੇ ਐਮ ਐਲ ਏ ਆ ਜਾਂ ਮੰਤਰੀ ਹੈ ਕਿਵੇਂ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੋਂ ਦੀ ਹੋ ਉਹਨਾਂ ਨੂੰ ਕੁੱਟਣ ਤੱਕ ਜਾਂਦੇ ਆ ਵੀ ਇਹ ਕੋਈ ਅਖਾੜਾ ਮੱਲਾਂ ਦਾ ਕੋਈ ਕੁੱਕੜ ਲੜ ਰਹੇ ਆ ਵੀ ਆਪਸ ਮੈਂ ਇੱਕ ਦੂਜੇ ਨੂੰ ਝਟ ਮਝੀਟੇ ਹੋਏ ਨੇ ਜਾਂ ਦੋ ਕੁੱਤੇ ਲੜ ਰਹੇ ਨੇ ਤੁਸੀਂ ਲੋਕਾਂ ਨੇ ਚੁਣ ਕੇ ਹੋਏ ਤੁਹਾਨੂੰ ਨੁਮਾਇੰਦੇ ਬਣਾ ਕੇ ਆਪਣੇ ਭੇਜਿਆ ਤੁਸੀਂ ਉੱਥੇ ਲੋਕਾਂ ਦੇ ਮੁੱਦੇ ਉਠਾਉਣੇ ਨੇ ਪੰਜਾਬ ਦੇ ਮੁੱਦੇ ਉਠਾਉਣੇ ਉਹਦੇ ਵਿਚਾਰ ਚਰਚਾ ਕਰਨੀ ਹੈ ਤੁਸੀਂ ਉਹਦਾ ਜਵਾਬ ਵੀ ਨਹੀਂ ਦੇ ਰਹੇ ਜਦੋਂ ਸੁਖਪਾਲ ਸਿੰਘ ਖਰੜ ਨੇ ਸਵਾਲ ਪੁੱਛਿਆ ਵੀ ਭਾਈ ਤੁਹਾਡਾ ਰਾਜ ਸਭਾ ਮੈਂਬਰ ਗਿਆ ਹੋਇਆ ਲਵਲੀ ਯੂਨੀਵਰਸਿਟੀ ਦਾ ਮਾਲਕ ਹੈ ਜ਼ਮੀਨ ਦੱਬੀ ਬੈਠਾ ਕਾਰਵਾਈ ਕਿਉਂ ਨਹੀਂ ਕੀਤੀ ਕੁਲਦੀਪ ਸਿੰਘ ਧਾਲੀਵਾਲ ਮੰਤਰੀ ਕਹਿੰਦੇ ਅਸੀਂ ਫਲਾਨੇ ਦੀ ਜ਼ਮੀਨ ਛੁਡਾ ਲਈ ਫਲਾਨੇ ਤੋਂ ਕਬਜ਼ਾ ਛੁਡਾ ਲਿਆ ਤੁਹਾਡੇ ਆਪਣੇ ਬੰਦੇ ਰਾਜ ਸਭਾ ਮੈਂਬਰ ਸੀਚੇਵਾਲ ਬਲਵੀਰ ਸਿਓ ਉਹ ਜ਼ਮੀਨ ਦੱਬੀ ਬੈਠਾ ਉਹਦੇ ਕਾਰਵਾਈ ਕਿਉਂ ਨਹੀਂ ਹੋ ਰਹੀ ਭਾਈ ਤੁਹਾਡੇ ਸਰਾਰੀ ਅਤੇ ਮੰਤਰੀ ਦੇ ਕਾਰਵਾਈ ਕਿਉਂ ਨਹੀਂ ਹੋ ਰਹੀ ਤੁਹਾਡਾ ਜਿਹੜਾ ਮਾਨਸਾ ਵਾਲਾ ਅੱਜ ਕੱਲ੍ਹ ਤੋਂ ਐੱਮ ਐੱਲ ਏ ਆ ਪਤਾ ਨਹੀਂ ਐੱਮ ਐੱਲ ਏ ਤਾਂ ਹੈਗਾ ਹੀ ਹੈ ਚਲੋ ਉਹ ਵੀ ਅੱਜ ਸਰਕਾਰ ਦਾ ਪੂਰਾ ਉਵੇਂ ਕੰਮਕਾਰ ਕਰ ਰਿਹਾ ਉਹ ਮੰਤਰੀ ਹੁੰਦਾ ਸੀ ਉਹਦੇ ਉੱਤੇ ਕੀ ਹੋਇਆ ਜਿਹਦੇ ਸਵਾਲ ਹੁੰਦੇ ਆ ਇਹਨਾਂ ਦੇ ਜਵਾਬ ਦੇਣ ਦੀ ਬਜਾਏ ਤਾਂ ਪੰਜਾਬ ਦਾ ਮੁੱਖ ਮੰਤਰੀ ਦੇਖੋ ਕਿੰਨੇ ਇਹ ਹੰਕਾਰ ਹੀ ਹੰਕਾਰ ਦਾ ਲਹਿਜਾ ਹੁੰਦਾ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਮੈਂ ਤਾਂ ਜਵਾਬ ਹੀ ਨਹੀਂ ਦੇਣਾ ਇਹ ਕੌਣ ਹੁੰਦੇ ਆ ਮੈਂ ਉੱਥੇ ਜਵਾਬ ਲੈਣ ਵਾਲੇ ਹੁਣ ਇੱਕ ਆਹ ਖਿਆਲ ਰੱਖਿਆ ਕਰੋ ਅਸੀਂ ਨਾ ਇੱਕ ਹੋਰ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਆਪਾਂ ਜਿਹੜਾ ਗੱਲਬਾਤ ਸਾਂਝੀ ਕਰ ਰਹੇ ਹਾਂ ਨਾ ਹੁਣ ਤਾਂ 321 ਬੰਦੇ ਮੇਰੀ ਗੱਲਬਾਤ ਨੂੰ ਸੁਣੀ ਜਾਂਦੇ ਆ ਇਹ ਕਾਫੀ ਲੰਮੇ ਸਮੇਂ ਦਾ 321 ਦੀ ਖੜ ਗਿਆ ਇਹ ਪਤਾ ਨਹੀਂ ਇਹ ਬੋਕਰ ਵਾਲਿਆਂ ਦਾ ਕੀਤਾ ਕਰਾਇਆ ਕੰਮ ਆ ਜਿਹੜਾ ਇਹਨਾਂ ਦਾ IT ਸੈੱਲ ਆ ਪਤਾ ਰਿਪੋਰਟਾਂ ਰਪਾਟਾਂ ਮਾਰਦੇ ਆ ਪਤਾ ਨਹੀਂ ਕਿਸ ਤਰੀਕੇ ਨਾਲ ਇਹ ਰੀਝ ਰੂਝ ਵੀ ਇਹਨਾਂ ਨੇ ਬਹੁਤ ਵੱਡੇ ਪੱਧਰ 'ਤੇ ਮਾਰ ਰੱਖੀ ਇਹਨਾਂ ਨੇ ਪੇਜਾਂ ਦੀ ਜਾਂ ਜਿਹੜੇ ਬੰਦੇ ਬੋਲਦੇ ਆ ਉਹਨਾਂ ਦੇ ਜਾਂ ਜਿਹੜੇ ਚੈਨਲ ਇਹਨਾਂ ਦੀਆਂ ਜਿਹੜੀਆਂ ਜੋ ਵੀ ਇਹ ਗਲਤ ਕਾਰਵਾਈਆਂ ਕਰਦੇ ਆ ਪੰਜਾਬ ਦੀਆਂ ਉਹਦੇ ਉਹਨੂੰ ਉਹ ਸਾਰੇ ਚੈਨਲ ਇਹਨਾਂ ਨੇ ਖਤਮ ਹੀ ਕਰ ਚੁੱਕੇ ਇੱਕ ਤਰ੍ਹਾਂ ਨਾਲ ਤਾਂ ਜਦੋਂ ਇਹ ਸਵਾਲ ਤਾਂ ਤੁਹਾਨੂੰ ਹੋਣਗੇ ਮੁੱਖ ਮੰਤਰੀ ਸਾਹਿਬ ਕਿ ਤੁਸੀਂ 300 ਕਰੋੜ ਰੁਪਈਆ ਜਿਹੜਾ ਇਕੱਲੀ ਐਡ 'ਤੇ ਖਰਚਿਆ ਪੰਜਾਬ ਦੇ ਲੋਕਾਂ ਦਾ ਪੈਸਾ ਇਕੱਲੀ ਮਸ਼ਹੂਰੀਆਂ 'ਤੇ ਲਾਤਾ ਬੋਰਡਾਂ 'ਤੇ ਲਾਤਾ ਸਾਡੇ ਕੰਮ ਬੋਲਦੇ ਹੈ ਗੁਜਰਾਤ ਹਿਮਾਚਲ ਦਿੱਲੀ ਰਾਜਸਥਾਨ ਦੇ ਅਖਬਾਰਾਂ ਦੇ ਵਿੱਚ ਤੁਸੀਂ ਐਡਾਂ ਦੇ ਉੱਤੇ ਸਾਡਾ ਪੰਜਾਬ ਦਾ ਕਰੋੜਾਂ ਰੁਪਈਆ ਲਾ ਰਹੇ ਹੋ ਸਵਾਲ ਤੁਹਾਨੂੰ ਨਹੀਂ ਹੋਣਗੇ ਤਾਂ ਹੋਣਗੇ ਕੀ ਨੂੰ ਜਵਾਬਦੇਹੀ ਤਾਂ ਤੁਹਾਡੀ ਬਣਦੀ ਹੈ ਜਵਾਬ ਦੇਣ ਦੀ ਬਜਾਏ ਤੁਸੀਂ ਬੁੜਕ ਬੁੜਕ ਪੈਂਦੇ ਹੋ ਗਲ ਪੈਂਦੇ ਹੋ ਕੁਰਸੀਆਂ ਦੇ ਉੱਤੋਂ ਦੀ ਉਹ ਆਉਂਦੇ ਹੋ ਤਾਂ ਇਹ ਜਿਹੜਾ ਹਾਲਾਤ ਨੇ ਇਹ ਸਹੀ ਨਹੀਂ ਹੈਗੇ ਦੂਜੇ ਪਾਸੇ ਆਪਾਂ ਦੇਖਦੇ ਹਾਂ ਮੈਂ ਤੁਹਾਨੂੰ ਅਪੀਲ ਕਰਦਾ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਦੇਖੋਗੇ ਇਹਨਾਂ ਨੇ ਲਾਈਵ ਉਹਦਾ ਜਿਹੜਾ ਚਲਾਇਆ ਸਿੱਧਾ ਪ੍ਰਸਾਰਣ ਚਲਾ ਰਹੇ ਆ ਵਿਧਾਨ ਸਭਾ ਦਾ ਪਰ ਦੇਖੋ ਕਿ ਜਦੋਂ ਸਿੱਧਾ ਪ੍ਰਸਾਰਣ ਆਪਾਂ ਦੇਖਦੇ ਹਾਂ ਜਦੋਂ ਕੋਈ ਸੱਤਾਧਿਰ ਦਾ ਬੰਦਾ ਬੋਲਦਾ ਕੋਈ ਐੱਮ ਐੱਲ ਏ ਕੋਈ ਮੰਤਰੀ ਕੋਈ ਸਪੀਕਰ ਕੋਈ ਮੁੱਖ ਮੰਤਰੀ ਤਾਂ ਸਾਰਾ ਕੈਮਰਾ ਉਹਦੇ 'ਤੇ ਲੱਗਿਆ ਹੁੰਦਾ ਜਦੋਂ ਵਿਰੋਧੀ ਧਿਰ ਦਾ ਕੋਈ ਸਵਾਲ ਕਰਦਾ ਜਵਾਬ ਦਿੰਦਾ ਉੱਥੇ ਕੈਮਰਾ ਨਹੀਂ ਹੁੰਦਾ ਬਹੁਤਾ ਉਹ ਮੀਡੀਆ ਅੰਦਰ ਚਲਿਆ ਗਿਆ ਉਹਨਾਂ ਨੂੰ ਪ੍ਰਵਾਨਗੀ ਮਿਲ ਗਈ ਵਿਧਾਨ ਸਭਾ ਜਾਣ ਦੇ ਹੀ ਉਹਨਾਂ ਨੂੰ ਕਾਰਡ ਮਿਲ ਗਿਆ ਬਣ ਗਿਆ ਜਿਹੜੇ ਇਹਨਾਂ ਦੀ ਬੋਲੀ ਬੋਲਦੇ ਆ ਬਹੁਤਾ ਮੀਡੀਆ ਜਿਹੜਾ ਇਹਨਾਂ ਦੀਆਂ ਕਰਤੂਤਾਂ ਬਾਹਰ ਲੈ ਕੇ ਆਉਂਦਾ ਉਹ ਸਾਰਾ ਮੀਡੀਆ ਅੰਦਰੋਂ ਜਾਣ ਤੋਂ ਵੀ ਰੋਕਿਆ ਹੋਇਆ ਮਨਾਹੀ ਹੈ ਹੁਣ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਪੰਜਾਬ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੋ ਲੈ ਭਾਈ ਸਾਡੇ ਅੱਖਾਂ 'ਚ ਅੱਖਾਂ ਪਾ ਸਾਡੇ